ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਲੋਕ ਨਿਤ ਦਿਨ ਖਫਾ ਹੁੰਦੇ ਦਿਖਾਈ ਦੇ ਰਹੇ ਨੇ ਤੇ ਲੋਕ ਨਾਖੁਸ਼ ਹੋ ਕੇ ਪੰਜਾਬ ਸਰਕਾਰ ਪ੍ਰਤੀ ਜੰਮ ਕੇ ਪ੍ਰਦਰਸ਼ਨ ਕਰਦੇ ਵੀ ਨਜ਼ਰ ਆਉਂਦੇ ਨੇ। ਪਰ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਚੋਂ ਨਿਕਲਦਾ ਤਾਂ ਦਿਖਾਈ ਨਹੀਂ ਦੇ ਰਿਹਾ, ਪਰ ਆਮ ਲੋਕ ਆਪਣੀਆਂ ਮੰਗਾਂ ਦੀ ਪੂਰਤੀ ਲਈ ਹਾੜੇ ਕੱਢਦੇ ਹੀ ਰਹਿ ਜਾਂਦੇ ਨੇ। ਮੋਗਾ ਦੀਆਂ ਸੜਕਾਂ ਤੇ ਗਲੀਆਂ 'ਚ ਖੜਾ ਸੀਵਰੇਜ ਦਾ ਪਾਣੀ ਪ੍ਰਸ਼ਾਸਨ ਦੀਆਂ ਨੀਤੀਆਂ ਦੀ ਪੋਲ ਖੋਲ ਰਿਹਾ ਹੈ ਤੇ ਸ਼ਾਇਦ ਇੱਥੇ ਪ੍ਰਸ਼ਾਸਨ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਇੰਤਜ਼ਾਰ ਕਰ ਰਿਹਾ ਹੈ। ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੇ ਪਾਣੀ ਤੋਂ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਪ੍ਰਸ਼ਾਸਨ ਅੱਗੇ ਕਈ ਵਾਰ ਗੁਹਾਰ ਵੀ ਲਗਾ ਚੁੱਕਿਆ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਹਰ ਰੋਜ਼ ਸਾਨੂੰ ਪੀਣ ਲਈ ਪਾਣੀ ਇਧਰੋਂ ਉਧਰੋਂ ਇਕੱਠਾ ਕਰਕੇ ਲਿਆਉਣਾ ਪੈਂਦਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਉਹਨਾਂ ਕਿਹਾ ਕਿ ਜਲਦ ਹੀ ਪਾਣੀ ਦੀ ਆ ਰਹੀ ਇਸ ਪਰੇਸ਼ਾਨੀ ਤੋਂ ਸਾਨੂੰ ਮੁਕਤੀ ਦਵਾਈ ਜਾਵੇ। ਆ ਰਿਹਾ ਪਾਣੀ ਗੰਦਾ ਜੀ, ਬੁਰਾ ਹਾਲ ਆ ਪਾਣੀ ਦਾ, ਟੂਟੀਆਂ ਦਾ ਪਾਣੀ ਤੇ ਸੀਵਰੇਜ ਦਾ ਪਾਣੀ ਮਿਕਸ ਹੋਇਆ ਪਿਆ ਵਾ। ਜਦੋਂ ਮੀਂਹ ਪੈਂਦਾ ਉਦੋਂ ਤਾਂ ਬੜਾ ਬੁਰਾ ਹਾਲ ਆ, ਕਿਉਂਕਿ ਪਾਣੀ ਬਿਲਕੁਲ ਗੰਦਾ ਆ ਰਿਹਾ, ਪੂਰਾ ਹਾਲ ਆ, ਪੂਰਾ ਗੁਰਦੁਆਰੇ ਪਾਣੀ ਭਰ ਕੇ ਲਿਆਈਦਾ ਵਾ। ਛੋਟੇ ਛੋਟੇ ਬੱਚੇ ਜਾਂਦੇ ਪਾਣੀ ਭਰਨ, ਨਾ ਸਾਡੇ MC ਸੁਣ ਰਹੇ ਕੁਛ, ਨਾ ਕਮੇਟੀ ਸੁਣ ਰਹੀ ਆ। ਉੱਥੇ ਜਾ ਕੇ ਪੂਰੀ ਵਾਰ ਕਹਿ ਕੇ ਆਏ ਅਸੀਂ ਕਈ ਵਾਰ, ਪਰ ਕੋਈ ਸਾਡੀ ਸੁਣਵਾਈ ਨਹੀਂ ਗੀ। ਇਹ 2-3 ਮਹੀਨੇ ਹੋ ਗਏ ਜੀ, ਬੁਰਾ ਹਾਲ ਆ। ਹੁਣ ਤੁਹਾਡੀ ਕੀ ਮੰਗ ਹੈ ਜੀ? ਸਾਨੂੰ ਪਾਣੀ ਸਾਫ਼ ਚਾਹੀਦਾ, ਇੱਥੇ ਸੀਵਰੇਜ ਵਿੱਚੋਂ ਲੀਕ ਆ ਜੀ, ਮਿਕਸ ਪਾਣੀ ਹੋ ਕੇ ਆ ਰਿਹਾ ਵਾ, ਇਹ ਪੂਰਾ ਸਾਫ਼ ਚਾਹੀਦਾ ਸਾਨੂੰ, ਸਾਡੀ ਕੋਈ ਸੁਣਵਾਈ ਨਹੀਂ। ਅਸੀਂ ਤਾਂ ਇਹ ਚਾਹੁੰਦੇ ਆ ਕਿ ਸਾਡੀ ਸੁਣਵਾਈ ਕੀਤੀ ਜਾਵੇ। ਕੀ ਪ੍ਰੋਬਲਮ ਆ ਰਹੀ? ਪਾਣੀ ਗੰਦਾ, ਸੜਕਾਂ ਭਰੀਆਂ ਪਈਆਂ, ਸੀਵਰ ਗੰਦੇ ਹੋਏ ਪਏ ਸਾਡੇ, ਸਾਫ਼ ਕਰੋ ਕਿ ਸਾਡੀ ਸੁਣਦਾ ਨਹੀਂ। MC ਕੋਲੇ ਗਏ ਆ, ਕਮੇਟੀ ਘਰ ਗਏ ਆ, ਸਾਨੂੰ ਸਾਫ਼ ਚਾਹੀਦਾ। ਸਾਡੇ ਬੱਚੇ ਬਿਮਾਰ ਹੋਏ, ਹੋਸਪਿਟਲ ਰੁਲਦੇ ਫਿਰਦੇ, ਇੰਨੀ ਜੋਗੇ ਸੀ ਹੈ ਨਹੀਂ ਕਿ ਪਾਣੀ ਸਾਫ਼ ਚਾਹੀਦਾ ਸਾਨੂੰ ਹਰ ਹੀਲੇ। ਸਾਨੂੰ ਪਾਣੀ ਕਿੰਨਾ ਦਿਨ ਸੇ ਗੰਦਾ ਆ ਰਿਹਾ? ਪਾਣੀ ਬਹੁਤ ਜ਼ਿਆਦਾ ਗੰਦਾ ਆ ਰਿਹਾ, ਬੱਚੇ ਢਿੱਲੇ ਹੋਈ ਜਾਂਦੇ, ਬਿਮਾਰ ਹੋਈ ਜਾਂਦੇ, ਹੋਸਪਿਟਲਾਂ ਤੁਰੇ ਫਿਰਦੇ ਅਸੀਂ ਲੈ ਕੇ ਬੱਚਿਆਂ ਨੂੰ ਚੱਕ ਕੇ। ਸੀਵਰ ਭਰੇ ਪਏ ਆ, ਸੜਕਾਂ ਭਰੀਆਂ ਪਈਆਂ ਵਾ, ਬਾਹਰ ਤੁਸੀਂ ਦੇਖੋ ਆਣ ਕੇ ਕੀ ਸਾਡੀ ਬੱਸ ਦਾ ਹਾਲ ਬਣਿਆ ਪਿਆ। ਸਾਡੀ ਕੋਈ ਸੁਣਾਈ ਨਹੀਂ ਸੁਣਦਾ ਗਾ, ਨਾ MC ਸੁਣਦਾ, ਨਾ ਕਮੇਟੀ ਘਰ ਸੁਣਦੇ ਆ। ਤੁਸੀਂ ਆ ਕੇ ਵੇਖੋ, ਸਾਨੂੰ ਸਾਫ਼ ਚਾਹੀਦਾ ਵੱਧ ਤੋਂ ਵੱਧ, ਜਿੰਨਾ ਤੁਸੀਂ ਕਰੋਗੇ ਸਾਨੂੰ ਮਿਹਰਬਾਨੀ ਤੁਹਾਡੀ। ਚਾਹੀ ਸਰ, ਪਾਣੀ ਬਹੁਤ ਗੰਦਾ ਰਿਹਾ ਜੀ, ਸਾਡੇ ਜਵਾਕ ਢਿੱਲੇ ਹੋਈ ਜਾਂਦੇ ਆ, ਨਾ ਇੱਥੇ ਕੋਈ MC ਵੜਦਾ ਜੀ, ਤੇ ਨਾ ਸਾਡੇ ਕੋਈ ਇੱਧਰ ਗੇੜਾ ਮਾਰਦਾ ਜੀ। ਜਿੰਨੇ ਵੀ ਕਮੇਟੀ ਦੇ ਬੰਦੇ ਆ ਉਹ ਆਉਂਦੇ ਆ, ਬਹਿ ਖੜੋ ਕੇ ਮੁੜ ਜਾਂਦੇ ਆ ਜੀ। ਠੀਕ ਹੈ ਜੀ, ਸਾਡੀ ਗਲੀਆਂ 'ਚ ਕੂੜਾ ਇੰਨਾ ਪਿਆ, ਗਲੀ ਗਲੀ 'ਚ ਕੋਈ ਵੜਦਾ ਨਹੀਂ। ਠੀਕ ਹੈ ਜੀ, ਨਾਲੀਆਂ ਸਾਡੀਆਂ ਬੰਦ ਪਈਆਂ, ਸੀਵਰੇਜ ਸਾਡਾ ਬੰਦ ਤਾਂ ਪਿਆ ਜੀ। ਠੀਕ ਹੈ ਜੀ, ਅਤੇ ਇੰਨਾ ਇੰਨਾ ਪਾਣੀ ਹੋਇਆ ਪਿਆ ਜੀ, ਸਾਡੇ ਨਗਾਇਆ ਰੋਡ 'ਤੇ ਬਾਬੀ ਜਗ੍ਹਾ 'ਤੇ ਵੀ ਪਾਣੀ ਬਹੁਤ ਜ਼ਿਆਦਾ ਗੰਦਾ ਜੀ। ਬਾਬੀ ਜਗ੍ਹਾ 'ਤੇ ਲੋਕ ਮੱਥਾ ਟੇਕਣ ਜਾਂਦੇ ਆ, ਕੋਈ ਉੱਥੇ ਵੜਦਾ ਨਹੀਂ ਜੀ ਮੱਥਾ ਟੇਕਣ। ਠੀਕ ਹੈ ਨਾ ਜੀ, ਨਿੱਕੇ ਨਿੱਕੇ ਬੱਚੇ ਸਮਾਨ ਲੈਣ ਜਾਂਦੇ ਆ, ਉਹ ਵੀ ਭੱਜ ਜਾਂਦੇ ਜੀ, ਕਈ ਵਾਰੀ ਡਿੱਗ ਚੁੱਕੇ ਆ ਬੱਚੇ ਉੱਥੇ। MC ਆ ਜੀ, ਮੈਂ ਵਾਰਡ ਨੰਬਰ 30 ਦੀ। ਪਾਣੀ ਇੱਥੋਂ 2 ਮਹੀਨੇ ਤੋਂ ਬਹੁਤ ਗੰਦਾ ਆ ਰਿਹਾ, ਕੋਈ ਸਮੱਸਿਆ ਦਾ ਹੱਲ ਨਹੀਂ ਹੋਇਆ। ਅਸੀਂ ਜਾ ਕੇ ਕਹਿੰਦੇ ਹਾਂ, ਆਉਂਦੇ ਆ ਬਸ ਚਲੇ ਜਾਂਦੇ ਆ, ਕੁਛ ਕਰਕੇ ਨਹੀਂ ਜਾਂਦੇ, ਕਹਿ ਜਾਂਦੇ ਆ ਕਿ ਆਵਾਂਗੇ ਅੱਜ, ਆਉਂਦੇ ਕੱਲ੍ਹ ਆਉਂਦੇ ਹਾਂ, ਤਿਆਰ ਨਹੀਂ ਰਹੇ। ਜਨਤਾ ਬਹੁਤ ਪਰੇਸ਼ਾਨ ਆ, ਗੁਰਦੁਆਰੇ ਪਾਣੀ ਲੈ ਕੇ ਆਉਂਦੇ ਆ, ਕੋਈ ਕਿਸੋਂ ਪਾਣੀ ਲੈ ਕੇ ਆਉਂਦਾ, ਕੋਈ ਮੰਦਰਾਂ 'ਚੋਂ ਪਾਣੀ ਲੈ ਕੇ ਆਉਂਦਾ, ਬਹੁਤ ਪਰੇਸ਼ਾਨੀ ਆਈ ਹੈ ਜੀ। ਗਰੀਬ ਲੋਕ ਬਹੁਤ ਤੰਗ ਆ, ਦੇਖੋ ਤੁਸੀਂ ਵਾਟਰ ਕੂਲਰ ਭਰ ਭਰ ਲੈ ਆਉਂਦੇ ਆ ਜੀ, ਆਹ ਦੇਖੋ ਮੌਜੂਦਾ। ਇਸ ਸੰਬੰਧੀ ਡਾਕਟਰਾਂ ਦਾ ਕਹਿਣਾ ਕਿ ਸੀਵਰੇਜ ਦੇ ਪਾਣੀ ਦੇ ਲੀਕ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ, ਤੇ ਨਾਲ ਹੀ ਕਿਹਾ ਕਿ ਗੰਦਲੇ ਪਾਣੀ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ, ਤੇ ਅਜਿਹੇ ਵਿੱਚ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਜਿਹੜੇ ਪਾਣੀ ਸ਼ਹਿਰ ਵਿੱਚ ਗੰਦਾ ਆਏਗਾ, ਲੋਕ ਉਸ ਨੂੰ ਪੀਣਗੇ ਤਾਂ ਬਹੁਤ ਸਾਰੀ ਬਿਮਾਰੀ ਹੋਣ ਦੇ ਚਾਂਸਿਸ ਤਾਂ ਵਧਣਗੇ ਵੀ। ਪਾਣੀ ਦੇ ਨਾਲ ਸਾਰੀਆਂ ਜਿਹੜੀ ਬਿਮਾਰੀ ਡਿਜ਼ੀਜ਼ ਰਿਲੇਟਡ ਹੈਗੀਆਂ ਉਹ ਸਾਰੇ ਹੋਣ ਦੇ ਚਾਂਸਿਸ ਹੈ, ਨਾਲੇ ਪਾਣੀ ਨਾਲ ਰਿਲੇਟਡ ਉਹ ਸਾਰਿਆਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਨੂੰ ਬਿਮਾਰੀਆਂ ਹੋਣ ਦੇ ਚਾਂਸ ਹੈ। ਹੁਣ ਪਾਣੀ ਨਾਲ ਰਿਲੇਟਡ ਡਿਜ਼ੀਜ਼ ਜਿਵੇਂ ਕਿ ਆਪਣਾ ਹੋ ਗਿਆ ਟਾਈਫਾਇਡ ਹੋ ਗਿਆ, ਗੈਸਟ੍ਰੋਐਂਟਾਈਟਿਸ ਹੋ ਗਿਆ, ਪੇਟ ਦੀ ਇਨਫੈਕਸ਼ਨ, ਆਪਣਾ ਪੀਲੀਆ, ਕਾਲਾ ਪੀਲੀਆ, ਕਾਲਾ ਪੀਲੀਆ ਤਾਂ ਨਹੀਂ ਮਤਲਬ ਇਹ ਸਭ ਪੀਲੀਆ ਵਗੈਰਾ ਨੋਰਮਲ ਇਹ ਸਭ ਹੋ ਸਕਦੇ ਆ,
ਇਸ ਕਰਕੇ ਲੋਕਾਂ ਨੂੰ ਕਾਫੀ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਵੀ ਸਕਦਾ, ਹੁਣ ਵੀ ਪੈ ਸਕਦਾ ਅਤੇ ਉਹ ਹੋਰ ਅੱਗੇ ਜਾ ਕੇ ਵਧੇਗਾ ਵੀ, ਅਤੇ ਲੋਕਾਂ ਨੂੰ ਬੜੇ ਪਰੇਸ਼ਾਨੀ ਹੋਏਗੀ ਇਸ ਤਰ੍ਹਾਂ ਦੇ ਪਾਣੀ ਪੀਣ ਨਾਲ। ਇਸ ਲਈ ਆਪਾਂ ਨੂੰ ਪ੍ਰੀਕੋਸ਼ਨ ਜਾਂ ਪ੍ਰੀਵੈਂਸ਼ਨ ਆਪਾਂ ਨੂੰ ਇਹ ਲੈਣੀ ਚਾਹੀਦੀ ਹੈ ਕਿ ਆਪਾਂ ਨੂੰ ਪਹਿਲਾਂ ਤਾਂ ਇਹ ਦੇਖਣਾ ਚਾਹੀਦਾ ਪ੍ਰੋਪਰ ਕਿ ਪਾਣੀ ਸਾਫ਼ ਹੈ ਜਾਂ ਨਹੀਂ ਹੈ, ਕਿ ਆਪਣੇ ਪੀਣ ਲਾਇਕ ਹੈ ਜਾਂ ਨਹੀਂ। ਜੇ ਆਪਾਂ ਨੂੰ ਦੇਖਦਾ ਸਾਫ਼ ਹੈ ਤਾਂ ਉਹਨੂੰ ਬੋਇਲ ਕਰਕੇ ਪੀਓ ਤਾਂ ਕਿ ਤੁਹਾਨੂੰ ਬਿਮਾਰੀਆਂ ਤੋਂ ਤੁਸੀਂ ਇਸ ਤੋਂ ਬਚ ਸਕੋ। ਦੂਸਰੀ ਗੱਲ ਇਹ ਹੈ ਕਿ ਜੇ ਤੁਸੀਂ RO ਵਗੈਰਾ ਜਾਂ ਕੁਛ ਇਸ ਤਰ੍ਹਾਂ ਦਾ ਸਿਸਟਮ ਲਗਵਾ ਸਕਦੇ ਹੋ ਘਰੇ, ਤਾਂ ਇਹ ਵੀ ਜ਼ਿਆਦਾ ਵਧੀਆ ਅੱਛੀ ਚੀਜ਼ ਹੈ ਤੁਹਾਡੀ ਪ੍ਰੀਵੈਂਸ਼ਨ। ਨਾਲੇ ਪ੍ਰੋਪਰ ਆਪਣੇ ਘਰ ਦੀ ਪ੍ਰੋਪਰ ਹਾਈਜੀਨ ਵਗੈਰਾ ਵੀ ਮੇਨਟੇਨ ਕਰਕੇ ਰੱਖੋ ਤਾਂ ਕਿ ਤੁਸੀਂ ਇਸ ਬਿਮਾਰੀਆਂ ਤੋਂ ਬਚ ਪਾਓ ਅਤੇ ਤੁਹਾਡੀ ਲਾਈਫ ਜਿਹੜੀ ਆ ਵਧੀਆ ਅੱਗੇ ਚੱਲਦੀ ਰਹੇ ਅਤੇ ਤੰਦਰੁਸਤ ਰਹੇ। ਇਸ ਤੋਂ ਇਲਾਵਾ ਦੂਜੇ ਪਾਸੇ SKM ਗੁਰਬਿੰਦਰ ਸਿੰਘ ਜੋਹਲ ਇਸ ਸਮੱਸਿਆ ਤੋਂ ਕਿਨਾਰਾ ਕਰਦੇ ਹੋਏ ਦਿਖਾਈ ਦਿੱਤੇ ਤੇ ਕਿਹਾ ਕਿ ਲੋਕਾਂ ਨੂੰ ਸੀਵਰੇਜ ਦੇ ਪਾਣੀ ਤੋਂ ਆ ਰਹੀ ਇਸ ਸਮੱਸਿਆ ਦੀ ਜਾਣਕਾਰੀ ਸਾਨੂੰ ਮੀਡੀਆ ਤੋਂ ਪਤਾ ਲੱਗੀ ਹੈ। ਇਸ ਦੇ ਨਾਲ ਹੀ ਉਹਨਾਂ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਹ ਮੁੱਦਾ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਜਲਦ ਹੀ ਹੱਲ ਕੀਤਾ ਜਾਵੇਗਾ। ਇਹ ਵੇਖੋ, ਮੈਨੂੰ ਤੁਹਾਡੇ ਤੋਂ ਹੀ ਇਹ ਪਤਾ ਲੱਗ ਰਿਹਾ ਕਿ ਜਿਹੜਾ ਸੀਵਰ ਦਾ ਪਾਣੀ ਆ ਉਹ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਕੇ ਆ ਰਿਹਾ। ਇਸ ਸੰਬੰਧੀ ਜਿਹੜੇ ਜ਼ਿੰਮੇਵਾਰ ਅਫਸਰ ਨੇ, ਅਸੀਂ ਉਹਨਾਂ ਨੂੰ ਅੱਜ ਪੁੱਛਦੇ ਹਾਂ ਇਹਦੇ ਬਾਰੇ, ਔਰ ਜਿਹੜਾ ਵੀ ਪ੍ਰੋਬਲਮ ਹੈਗੀ ਹੈ ਉਹ ਜਲਦੀ ਤੋਂ ਜਲਦੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਰ, ਮੁਹੱਲਾ ਵਾਸੀਆਂ ਨੇ ਕਿਹਾ ਵੀ ਅਸੀਂ ਕਈ ਵਾਰੀ ਨਗਰ ਨਿਗਮ ਵਿੱਚ ਵੀ ਲੇ ਕੇ ਆਏ ਹੈਗੇ ਹਾਂ, ਪਰ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਨਗਰ ਨਿਗਮ। ਨਹੀਂ, ਇਹਦੇ ਬਾਰੇ ਮੈਂ ਪਹਿਲਾਂ ਕਿਹਾ ਕਿ ਮੈਨੂੰ ਤੁਹਾਡੇ ਤੋਂ ਹੀ ਪਤਾ ਲੱਗ ਰਿਹਾ, ਮੁਹੱਲਾ ਵਾਸੀਆਂ ਨੇ ਮੇਰੇ ਤੱਕ ਅਪਰੋਚ ਨਹੀਂ ਕੀਤੀ। ਹੋ ਸਕਦਾ ਕਾਰਪੋਰੇਸ਼ਨ ਤੱਕ ਉਹਨਾਂ ਨੇ ਅਪਰੋਚ ਕੀਤੀ ਹੋਵੇ, ਅਤੇ ਅਸੀਂ ਕਮਿਸ਼ਨਰ ਮੈਮ ਨੂੰ ਰਿਕੁਐਸਟ ਕਰਦੇ ਹਾਂ ਵੀ ਜੋ ਵੀ ਪ੍ਰੋਬਲਮ ਹੈ ਜਲਦੀ ਤੋਂ ਜਲਦੀ ਜਿਹੜੀ ਆ ਦੂਰ ਕਰਵਾਓ, ਅਤੇ ਮਾਮਲਾ ਅਸੀਂ DC ਸਾਹਿਬ ਦੇ ਧਿਆਨ 'ਚ ਲਿਆਉਂਦੇ ਹਾਂ ਵੀ ਇੰਝ ਕਿਉਂ ਹੋ ਰਿਹਾ। ਜੇ ਹੋ ਰਿਹਾ ਤਾਂ ਅਸੀਂ ਜਲਦੀ ਤੋਂ ਜਲਦੀ ਠੀਕ ਕਰਾਉਣ ਦੀ ਕੋਸ਼ਿਸ਼ ਕਰਾਂ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਰ ਫੇਸਬੁੱਕ ਪੇਜ।